ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਫੇਸਬੁੱਕ ਯੂਟਿਊਬ ਦੇ ਮਾਧਿਅਮ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ। ਦੋਸਤੋ, ਕੱਲ੍ਹ ਬੈਠਣ ਜਾ ਰਹੇ ਹਾਂ ਜੀ ਲੁਧਿਆਣਾ ਆਫਿਸ। ਸੁਨੇਹਾ ਤੁਹਾਨੂੰ ਲੱਗ ਚੁੱਕਿਆ ਹੈ ਕਿ ਸੁਬਾਹ 11 ਵਜੇ ਤੋਂ ਬਾਅਦ ਦੁਪਹਿਰ ਦੇ 2 ਕੁ ਵਜੇ ਤੱਕ ਲੁਧਿਆਣਾ ਆਂਸਲ ਪਲਾਜ਼ਾ ਵਾਲੀ ਬ੍ਰਾਂਚ ਬੈਠੂੰਗਾ ਜੀ। ਜਿਹੜੇ ਜਿਹੜੇ ਕੈਂਡੀਡੇਟ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ ਉਹ ਮੈਨੂੰ ਆ ਕੇ ਮਿਲ ਸਕਦੇ ਨੇ। ਪਰ ਹਮੇਸ਼ਾ ਦੀ ਤਰ੍ਹਾਂ ਇੱਕ ਬੇਨਤੀ ਸਵੀਕਾਰ ਕਰਿਓ ਜੀ, ਆਪਦੇ ਅਕੈਡਮਿਕ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਆਇਓ ਤਾਂ ਜੋ ਕੇਸ ਦੀ ਅਸੈਸਮੈਂਟ ਹੋ ਸਕੇ ਤਰੀਕੇ ਦੇ ਨਾਲ, ਕਿਉਂਕਿ ਇਨਫੋਰਮੇਸ਼ਨ ਕੇਸ ਦੀ ਹੋਣੀ ਤੁਹਾਡੇ ਕੰਸਲਟੈਂਟ ਨੂੰ, ਤੁਹਾਡੇ ਕਾਊਂਸਲਰ ਨੂੰ, ਤੁਹਾਡੇ ਪ੍ਰੋਫਾਈਲ ਦੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਫਿਰ ਹੀ ਕੇਸ ਦੇ ਉੱਤੇ ਵਰਕਆਊਟ ਕੀਤਾ ਜਾ ਸਕਦਾ, ਫਿਰ ਹੀ ਤੁਹਾਡੇ ਪ੍ਰੋਫਾਈਲ ਦੇ ਉੱਤੇ ਵਰਕਆਊਟ ਕੀਤਾ ਜਾ ਸਕਦਾ। ਅਗਲੀ ਗੱਲ ਦੋਸਤੋ, ਆਪਾਂ ਦੋ ਗੱਲਾਂ ਕਰਨੀਆਂ ਨੇ, ਜਿਵੇਂ ਕਿ ਸਪਟੰਬਰ ਸੈਸ਼ਨ ਨੂੰ ਲੈ ਕੇ ਜਦੋਂ ਮੈਂ ਨਾ ਕੀਤੀ ਸੀ ਸਟੂਡੈਂਟਸ ਨੂੰ ਕਿ ਵੀ ਆਪਾਂ ਨਹੀਂ ਅਪਲਾਈ ਕਰ ਰਹੇ। ਚਲੋ ਕੁਝ ਸਟੂਡੈਂਟਸ ਨੇ ਫੋਲੋ ਵੀ ਕੀਤਾ ਹੋਣਾ, ਕਈਆਂ ਨੇ ਨਹੀਂ ਵੀ ਫੋਲੋ ਕੀਤਾ ਹੋਣਾ, ਬਟ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਬਹੁਤ ਅਪੋਜ਼ ਕੀਤਾ ਮੇਰਾ ਇਸ ਚੀਜ਼ ਦੇ ਉੱਤੇ ਕਿ ਨਹੀਂ ਜੀ, ਕਈ ਲੋਕ ਕਹਿ ਰਹੇ ਨਹੀਂ ਲਾਉਣਾ ਚਾਹੀਦਾ। ਦੇਖੋ, ਮੈਂ ਕਿਸੇ ਨੂੰ ਵੀ ਇਹ ਗੱਲ ਨਹੀਂ ਕਹੀ ਸੀ ਕਿ ਤੁਸੀਂ ਨਾ ਲਾਓ, ਮੇਰਾ ਤਾਂ ਆਪਦਾ ਇੱਕ ਪੁਆਇੰਟ ਆਫ ਵਿਊ ਸੀ। ਫਿਰ ਗੱਲ ਕਹਿਣੀ ਚਾਹੁੰਦਾ, ਪੁਆਇੰਟ ਆਫ ਵਿਊ ਸੀ ਅਤੇ ਪੁਆਇੰਟ ਆਫ ਵਿਊ ਜਿੰਨੀ ਕੁ ਮੈਨੂੰ ਇਨਫੋਰਮੇਸ਼ਨ ਆ, ਜਿੰਨੀ ਕੁ ਮੈਨੂੰ ਨੌਲੇਜ ਆ, ਜਿੰਨਾ ਕੁ ਮੈਨੂੰ ਪਤਾ, ਉਹਦੇ ਮੁਤਾਬਕ ਹੀ ਹੁੰਦੀ ਆ, ਉਹਦੇ ਮੁਤਾਬਕ ਹੀ ਤੁਸੀਂ ਆਪਦਾ ਪੁਆਇੰਟ ਆਫ ਵਿਊ ਬਣਾਉਂਦੇ ਆ। ਸੋ ਮੈਂ ਉਹ ਇਨਫੋਰਮੇਸ਼ਨ ਦਿੱਤੀ ਸੀ, ਉਸ ਇਨਫੋਰਮੇਸ਼ਨ 'ਤੇ ਮੈਂ ਖੜ੍ਹਾ ਵੀ ਹਾਂ। ਅੱਜ ਵੀ ਮੈਂ ਇਹ ਕਹਿ ਰਿਹਾ ਕਿ ਸਪਟੰਬਰ ਸੈਸ਼ਨ ਨਹੀਂ ਅਪਲਾਈ ਕਰਨਾ ਚਾਹੀਦਾ ਸੀ 2 ਵੀਜ਼ਾ ਸਟੈਪ। ਜੇ ਕੈਨੇਡੀਅਨ ਗੌਰਮੈਂਟ ਨੂੰ ਵੀ ਬੇਨਤੀ ਆ, ਸਾਰਿਆਂ ਨੂੰ ਵੀ ਬੇਨਤੀ ਆ ਵੀ ਅਸੀਂ ਜਿਹੜੇ ਪੈਸੇ 14-14 $15-15,000 ਭਰ ਰਹੇ ਹਾਂ ਨਾ, ਉਹ ਅਸੀਂ ਕੈਨੇਡਾ ਜਾ ਕੇ ਪੜ੍ਹਨ ਲਈ ਭਰ ਰਹੇ ਹਾਂ, ਉਹ ਅਸੀਂ ਇੱਥੇ ਔਨਲਾਈਨ ਕਲਾਸਿਸ ਲਾਉਣ ਲਈ ਨਹੀਂ ਭਰ ਰਹੇ। ਦੂਸਰੀ ਚੀਜ਼ ਦੋਸਤੋ, ਮੈਂ ਤੁਹਾਡੇ ਨਾਲ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਇੱਕ ਹੋਰ, ਕਿ ਟਰੈਵਲ ਨੂੰ ਲੈ ਕੇ ਵਾਰ ਵਾਰ ਜਿਹੜੇ ਸਵਾਲ ਪੁੱਛੇ ਜਾ ਰਹੇ ਆ 18 ਮਾਰਚ ਤੋਂ ਪਹਿਲਾਂ ਦੇ ਵੀਜ਼ਾਜ਼ ਵਾਲੇ, ਦੋਸਤੋ ਪਲੀਜ਼ ਨਾ ਟਰੈਵਲ ਕਰਿਓ ਹਲੇ, ਕਿਉਂਕਿ ਗੌਰਮੈਂਟ ਇਹ ਕਹਿ ਰਹੀ ਹੈ ਕਿ ਅੰਬੈਸੀ ਵੱਲੋਂ ਅਪਰੂਵਲ ਆ ਜੀ, ਕਾਲਜ ਵੱਲੋਂ ਸਪੋਰਟ ਲੈਟਰ ਆ ਜੀ, ਫਿਰ ਵੀ CBSA ਵਾਪਸ ਭੇਜ ਸਕਦਾ, ਐਂਡ ਭੇਜਿਆ ਵੀ ਆ ਉਹਨਾਂ ਨੇ ਲੋਕਾਂ ਨੂੰ, 22-25 ਸਟੂਡੈਂਟ ਮੇਰੇ ਹਿਸਾਬ ਨਾਲ ਤਕਰੀਬਨ ਕੁਝ ਦਿਨ ਪਹਿਲਾਂ ਹੀ ਵਾਪਸ ਭੇਜੇ ਨੇ। ਸੋ ਹਜੇ ਟਰੈਵਲ ਨਾ ਕਰੋ। ਕਹਿੰਦੇ ਹੁੰਦੇ ਆ ਕਿ ਪੰਜਾਬੀ ਦੀ ਖਾਣਾ ਵੀ ਜਦੋਂ ਹਨੇਰੀ ਵਗਦੀ ਹੋਵੇ ਨਾ ਤਾਂ ਕੋਠੇ 'ਤੇ ਨਹੀਂ ਚੜੀਦਾ ਹੁੰਦਾ, ਆਰਾਮ ਨਾਲ ਜਿੱਥੇ ਜਿੱਥੇ ਬੈਠੇ ਹਾਂ ਟਿਕੇ ਬੈਠੇ ਰਹੋ, ਕਿਤੇ ਨਹੀਂ ਕੈਨੇਡਾ ਚੱਲਿਆ। ਇਹ ਇੱਕ ਟੈਂਪਰੇਰੀ ਫੇਜ਼ ਆ, ਲੰਘ ਜਾਣਾ, ਹੋਰ ਮਹੀਨੇ ਨੂੰ ਲੰਘ ਜੂਗਾ, ਉਸ ਤੋਂ ਬਾਅਦ ਸਾਰਾ ਕੁਛ ਨੋਰਮਲ ਸਥਿਤੀ ਵੱਲ ਨੂੰ ਵੱਧ ਜੂਗਾ, ਵਾਹਿਗੁਰੂ ਕਿਰਪਾ ਕਰੂਗਾ, ਸਭ ਕੁਛ ਨੋਰਮਲ ਹੋਊਗਾ, ਫਿਰ ਦੁਬਾਰਾ ਉਵੇਂ ਰੂਟੀਨ ਫਲਾਈਟਸ, ਰੂਟੀਨ ਐਂਟਰੀ ਸਾਰਾ ਕਿਤੇ ਮਿਲਣਗੀਆਂ। ਉਹਨਾਂ ਟਾਈਮ ਲਈ ਆਰਾਮ ਨਾਲ ਘਰ ਬੈਠੋ ਜਿੱਥੇ ਜਿੱਥੇ ਬੈਠੇ ਹਾਂ। ਤੀਸਰੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਇੰਪੋਰਟੈਂਟ ਕਰਨੀ ਆ ਕਿ ਆ 2-stage ਵੀਜ਼ਾ ਪ੍ਰੋਸੈਸ ਦੇ ਵਿੱਚ ਸਟੂਡੈਂਟਸ ਦਾ ਰੁਝਾਨ ਘੱਟ ਦੇਖਦੇ ਹੋਏ ਯੂਨੀਵਰਸਿਟੀਜ਼ ਇਸ ਚੀਜ਼ ਦੇ ਉੱਤੇ ਹੁਣ ਕੰਮ ਕਰਨਾ ਸ਼ੁਰੂ ਕਰ ਰਹੇ ਨੇ। ਇੱਕ ਯੂਨੀਵਰਸਿਟੀ UCW ਨੇ ਸਾਨੂੰ ਅਪਡੇਟ ਕੀਤਾ ਹੈ ਕਿ ਅਸੀਂ ਜੇ ਸਟੂਡੈਂਟ ਦਾ 2-stage ਵੀਜ਼ਾ ਸੈਕਿੰਡ ਸਟੈਪ ਦੇ ਵਿੱਚ ਵੀਜ਼ਾ ਰਿਫਿਊਜ਼ ਹੋ ਜਾਂਦਾ ਅਤੇ ਉਹਨੇ ਔਨਲਾਈਨ ਸਟੱਡੀਜ਼ AIP ਆਉਣ ਤੋਂ ਬਾਅਦ ਸ਼ੁਰੂ ਕਰ ਲਈਆਂ ਨੇ ਤਾਂ ਅਸੀਂ ਉਹਨਾਂ ਦੀ ਫੁੱਲ ਫੀ ਰੀਫੰਡ ਕਰਾਂਗੇ, ਸਿਰਫ ਅਤੇ ਸਿਰਫ ਕੁਝ ਉਹਨਾਂ ਦੇ ਜਿਹੜੇ ਪ੍ਰੋਸੈਸਿੰਗ ਚਾਰਜਿਸ ਹੋਣਗੇ ਉਹਨਾਂ ਨੂੰ ਕੱਟ ਕੇ। ਇੱਕ ਖੁਸ਼ਖਬਰੀ ਵਾਲੀ ਗੱਲ ਆ ਕਿ ਕਾਲਜਿਸ ਅਤੇ ਯੂਨੀਵਰਸਿਟੀਜ਼ ਨੇ ਦੇਖਿਆ ਕਿ ਸਟੂਡੈਂਟਸ ਦਾ ਰੁਝਾਨ ਆ ਜਿਹੜਾ ਸਪਟੰਬਰ ਸੈਸ਼ਨ ਨੂੰ ਲੈ ਕੇ ਜਾਂ 2-stage ਵੀਜ਼ਾ ਪ੍ਰੋਸੈਸ ਨੂੰ ਲੈ ਕੇ ਉਹਨਾਂ ਨਹੀਂ ਸੀ, ਉਹਨਾਂ ਫੋਕਸ ਨਹੀਂ ਕੀਤਾ ਸਟੂਡੈਂਟ ਨੇ, ਕਰਨਾ ਵੀ ਨਹੀਂ ਚਾਹੀਦਾ। ਅਸੀਂ ਸਿਆਣੇ ਹੋ, ਤੁਸੀਂ ਸਮਝਦਾਰ ਹੋ, ਆਪਦੀ ਪੈਸੇ ਦੀ ਕੀਮਤ ਤੁਸੀਂ ਜਾਣਦੇ ਹੋ, ਭਲੀ ਭਾਂਤੀ ਜਾਣਦੇ ਹੋ, ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਆ। ਸਾਡਾ ਜਿਹੜਾ ਕੰਮ ਆ ਉਹ ਤਾਂ ਇਹ ਫਿਰ ਲਾਗੀਆਂ ਵਾਲਾ ਹੋ ਜਾਂਦਾ ਵੀ ਆਪਦੇ ਲਾਗ ਤੱਕ ਮਤਲਬ ਆ, ਅਗਲੇ ਦਾ ਭਾਵੇਂ ਪੈਸਾ ਜਾਂਦਾ ਜਾਵੇ, ਬਟ ਤੁਸੀਂ ਜਿਹੜਾ ਇਹ ਰੋਕ ਕੇ ਰੱਖਿਆ ਆਪਦੇ ਆਪ ਨੂੰ, ਕੰਟਰੋਲ ਰੱਖਿਆ ਆਪਦੇ ਆਪ ਦੇ ਉੱਤੇ, ਵੇਟ ਕਰ ਲਓ 2-4 ਮਹੀਨਿਆਂ ਦੇ ਵਿੱਚ ਸਾਰਾ ਕੁਛ ਸਭ ਕੁਛ ਨੋਰਮਲ ਹੋਣ ਵਾਲਾ। ਬਟ ਕੋਈ ਯੂਨੀਵਰਸਿਟੀਜ਼ ਫੈਸਲਾ ਲੈਣਾ ਸ਼ੁਰੂ ਕਰ ਰਹੇ ਨੇ ਉੱਤੇ ਵੀ ਫੀਸ ਕਿਸੇ ਵੀ ਬੱਚੇ ਦੀ ਰਿਸਕ ਦੇ ਵਿੱਚ ਨਾ ਹੋਵੇ। ਸੋ ਦੋਸਤੋ, ਕੱਲ੍ਹ ਦਾ ਟਾਈਮ ਯਾਦ ਰੱਖਿਓ ਜੀ, ਆਂਸਲ ਪਲਾਜ਼ਾ ਬੈਠਣ ਲੱਗਿਆ ਜੀ ਸਵੇਰੇ 11 ਵਜੇ ਤੋਂ ਬਾਅਦ 2 ਵਜੇ ਤੱਕ ਉੱਥੇ ਬੈਠੂੰਗਾ, ਤੁਸੀਂ ਆ ਕੇ ਮਿਲ ਸਕਦੇ ਹੋ, ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਆਇਓ। ਇੰਨਾ ਕਹਿੰਦਾ ਖਿਮਾ ਦਾ ਜੱਜਕਾਂ ਜੀ, ਧੰਨਵਾਦ।